ਜਲੰਧਰ ਦੇ ਵਿੱਚ ਥਾਣਾ 8 ਦੀ ਪੁਲਿਸ ਨੇ ਗਦਈਪੁਰ ਦੇ ਵਿੱਚ ਰੇਡ ਕਰਕੇ ਦੋ ਦੜੇ ਸੱਟੇ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਨੇ ਦੋਸ਼ੀਆਂ ਦੇ ਕੋਲੋਂ ਨਕਦੀ ਵੀ ਬਰਾਮਦ ਕੀਤੀ ਆ। ਫੋਕਲ ਪੁਆਇੰਟ ਚੌਂਕੀ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਗਦਈਪੁਰ ਦੇ ਵਿੱਚ ਦੜਾ ਸੱਟਾ ਖੇਡੀ ਜਾਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਤੇ ਉਹਨਾਂ ਨੇ ਰੇਡ ਕੀਤੀ ਆ ਤੇ ਰੇਡ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ। ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਆ। ਉੱਤੇ ਪਰਮਿਸ਼ਨ ਮਿਲੀ ਸੀ ਕਿ ਜਿਹੜੇ ਕੁਝ ਵਿਅਕਤੀ ਆ ਉੱਥੇ ਦੜਾ ਸੱਟੇ ਦਾ ਕੰਮ ਕਰਦੇ ਆ ਜੀ, ਉੱਥੇ ਰੇਡ ਕੀਤੀ ਗਈ ਅਤੇ ਦੋ ਵਿਅਕਤੀ ਉੱਥੇ ਕਾਬੂ ਕੀਤੇ ਗਏ ਆ, ਇੱਕ ਰਾਜਨ ਸਨ ਆਫ ਰਮੇਸ਼ ਕੁਮਾਰ, ਦੂਸਰਾ ਅਸ਼ੋਕ ਕੁਮਾਰ ਸਨ ਆਫ ਧਰਮਪਾਲ। ਇਹਨਾਂ ਪਾਸੋਂ ਨਕਦੀ ਬਰਾਮਦ ਹੋਈ ਆ, ਇਹਨਾਂ ਖਿਲਾਫ਼ ਜਿਹੜਾ ਐਫ ਆਈ ਆਰ ਦਰਜ ਕਰਕੇ ਅਤੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਹਾਲੇ ਪੁੱਛ ਕੇ ਜਾ ਰਹੀ ਉਹਨਾਂ ਤੋਂ ਜੀ, ਪੁੱਛ ਕੇ ਜਾ ਰਹੀ ਇਹਨਾਂ ਜੀ। ਇੱਕ ਕੋਲੋਂ ਹੋਏ ਆਪਣੇ 13,300 ਰੁਪਇਆ ਜਿਹੜਾ ਰਾਜਨ ਬੰਟੀ ਆ, ਦੂਸਰੇ ਕੋਲੋਂ ਹੋਏ ਹੈਗੇ ਜੀ ਅਸ਼ੋਕ ਕੁਮਾਰ ਕੋਲੋਂ 7,200 ਰੁਪਏ, ਨਾਲੇ ਪਰਚੀ ਦਰਾ ਸੱਟਾ। ਹਾਂਜੀ, ਨਹੀਂ ਕੰਪਿਊਟਰ ਨਹੀਂ ਸੀ ਲੱਗਿਆ ਹੋਇਆ, ਉਦਾਂ ਲਿਖ ਕੇ ਪਰਚੀ ਦਰਾ ਕਰ ਦਿੱਤੀ। ਸੀਨੀਅਰ ਅਫਸਰ ਆਪਣੇ ਆਏ ਸੀ ਨਾਲ, ਸਾਡੇ ਸੀਨੀਅਰ ਅਫਸਰ ਆਏ ਸਾਹਿਬਾਨ ਆਏ ਸੀਗੇ ਜੀ। ਬਿਲਕੁਲ ਜੀ, ਉੱਥੇ ਦੇ ਕੁਝ ਲੋਕਾਂ ਦਾ ਵੀ ਕਹਿਣਾ ਹੈ ਕਿ ਇੱਥੇ ਨਸ਼ਾ ਦਾ ਵੀ ਕਾਰੋਬਾਰ ਜੋ ਕਿ ਤਸਕਰੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ। ਮੈਂ ਹਲੇ ਕੱਲ ਹੀ ਜੁਆਇਨ ਕੀਤਾ ਜੀ, ਜੇ ਕੋਈ ਇਹੋ ਜਿਹਾ ਕਾਰੋਬਾਰ ਕੋਈ ਹੋ ਰਿਹਾ, ਗੈਰ ਕਾਨੂੰਨੀ ਗਤੀਵਿਧੀ ਹੋ ਰਹੀ ਆ, ਉਹਨਾਂ ਸਾਰਿਆਂ ਨੂੰ ਨੱਥ ਪੈ ਜਾਊਗੀ। ਕੋਈ ਵੀ ਗੈਰ ਕਾਨੂੰਨੀ ਕੰਮ ਆਪਣੇ ਥਾਣੇ ਦੇ ਹਲਕਾ ਜਾਂ ਚੌਂਕੀ ਦੇ ਹਲਕੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ ਜੀ। ਜਿੱਥੇ ਤੁਸੀਂ ਤਲਾਸ਼ੀ ਕੀਤੀ ਹੈ, ਜਿਹੜੇ ਦੁਕਾਨ 'ਚ ਤੁਸੀਂ ਪੂਰਾ ਤਲਾਸ਼ੀ ਕਰਕੇ ਆਏ ਹੋ, ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿਛਲੀ ਗਲੀ ਦੇ ਵਿੱਚ ਵੀ ਇਹਨਾਂ ਦੀ ਇੱਕ ਹੋਰ ਦੁਕਾਨ ਹੈ। ਨਹੀਂ, ਪੂਰੀ ਸਰਚ ਕਰਕੇ ਆਏ ਜੀ ਉਸ ਜਗ੍ਹਾ 'ਤੇ ਜੀ, ਅਤੇ ਨਾ ਉਸ ਉਹੀ ਬਰਾਮਦਗੀ ਦੀ ਇਹਨਾਂ ਕੋਲ ਫੜ ਕੇ ਲਿਆ ਜੀ, ਇਹਨਾਂ ਨੂੰ ਇਹਨਾਂ ਕੋਲ ਬਰਾਮਦ ਹੋਇਆ ਤੇ ਤੁਹਾਨੂੰ ਦੱਸਿਆ ਦੜਾ ਸੱਟਾ ਪਰਚੀ ਫੜ ਹੋਈ ਆ, ਨਕਦੀ ਫੜ ਹੋਈ। ਐਸਐਮਜੈਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ। ਜਲੰਧਰ ਦੇ ਵਿੱਚ ਥਾਣਾ 8 ਦੀ ਪੁਲਿਸ ਨੇ ਗਦਈਪੁਰ ਦੇ ਵਿੱਚ ਰੇਡ ਕਰਕੇ ਦੋ ਦੜੇ ਸੱਟੇ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਨੇ ਦੋਸ਼ੀਆਂ ਦੇ ਕੋਲੋਂ ਨਕਦੀ ਵੀ ਬਰਾਮਦ ਕੀਤੀ ਆ। ਫੋਕਲ ਪੁਆਇੰਟ ਚੌਂਕੀ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਗਦਈਪੁਰ ਦੇ ਵਿੱਚ ਦੜਾ ਸੱਟਾ ਖੇਡੀ ਜਾਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਤੇ ਉਹਨਾਂ ਨੇ ਰੇਡ ਕੀਤੀ ਆ ਤੇ ਰੇਡ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ। ਆਰੋਪੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਆ। ਉੱਤੇ ਪਰਮਿਸ਼ਨ ਮਿਲੀ ਸੀ ਕਿ ਜਿਹੜੇ ਕੁਝ ਵਿਅਕਤੀ ਆ ਉੱਥੇ ਦੜਾ ਸੱਟੇ ਦਾ ਕੰਮ ਕਰਦੇ ਆ ਜੀ, ਉੱਥੇ ਰੇਡ ਕੀਤੀ ਗਈ ਅਤੇ ਦੋ ਵਿਅਕਤੀ ਉੱਥੇ ਕਾਬੂ ਕੀਤੇ ਗਏ ਆ, ਇੱਕ ਰਾਜਨ ਸਨ ਆਫ ਰਮੇਸ਼ ਕੁਮਾਰ, ਦੂਸਰਾ ਅਸ਼ੋਕ ਕੁਮਾਰ ਸਨ ਆਫ ਧਰਮਪਾਲ। ਇਹਨਾਂ ਪਾਸੋਂ ਨਕਦੀ ਬਰਾਮਦ ਹੋਈ ਆ, ਇਹਨਾਂ ਖਿਲਾਫ਼ ਜਿਹੜਾ ਐਫ ਆਈ ਆਰ ਦਰਜ ਕਰਕੇ ਅਤੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਹਲੇ ਪੁੱਛ ਕੇ ਜਾ ਰਹੀ ਉਹਨਾਂ ਤੋਂ ਜੀ, ਪੁੱਛ ਕੇ ਜਾ ਰਹੀ ਇਹਨਾਂ ਜੀ। ਇੱਕ ਕੋਲੋਂ ਹੋਏ ਆਪਣੇ 13,300 ਰੁਪਇਆ ਜਿਹੜਾ ਰਾਜਨ ਬੰਟੀ ਆ, ਦੂਸਰੇ ਕੋਲੋਂ ਹੋਏ ਹੈਗੇ ਜੀ ਅਸ਼ੋਕ ਕੁਮਾਰ ਕੋਲੋਂ 7,200 ਰੁਪਏ, ਨਾਲੇ ਪਰਚੀ ਦਰਾ ਸੱਟਾ। ਹਾਂਜੀ, ਨਹੀਂ ਕੰਪਿਊਟਰ ਨਹੀਂ ਸੀ ਲੱਗਿਆ ਹੋਇਆ, ਉਦਾਂ ਲਿਖ ਕੇ ਪਰਚੀ ਦਰਾ ਕਰ ਦਿੱਤੀ। ਸੀਨੀਅਰ ਅਫਸਰ ਆਪਣੇ ਆਏ ਸੀ ਨਾਲ, ਸਾਡੇ ਸੀਨੀਅਰ ਅਫਸਰ ਆਏ ਸਾਹਿਬਾਨ ਆਏ ਸੀਗੇ ਜੀ। ਬਿਲਕੁਲ ਜੀ, ਉੱਥੇ ਦੇ ਕੁਝ ਲੋਕਾਂ ਦਾ ਵੀ ਕਹਿਣਾ ਹੈ ਕਿ ਇੱਥੇ ਨਸ਼ਾ ਦਾ ਵੀ ਕਾਰੋਬਾਰ ਜੋ ਕਿ ਤਸਕਰੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ। ਮੈਂ ਹਲੇ ਕੱਲ ਹੀ ਜੁਆਇਨ ਕੀਤਾ ਜੀ, ਜੇ ਕੋਈ ਇਹੋ ਜਿਹਾ ਕਾਰੋਬਾਰ ਕੋਈ ਹੋ ਰਿਹਾ, ਗੈਰ ਕਾਨੂੰਨੀ ਗਤੀਵਿਧੀ ਹੋ ਰਹੀ ਆ, ਉਹਨਾਂ ਸਾਰਿਆਂ ਨੂੰ ਨੱਥ ਪੈ ਜਾਊਗੀ। ਕੋਈ ਵੀ ਗੈਰ ਕਾਨੂੰਨੀ ਕੰਮ ਆਪਣੇ ਥਾਣੇ ਦੇ ਹਲਕਾ ਜਾਂ ਚੌਂਕੀ ਦੇ ਹਲਕੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ ਜੀ। ਜਿੱਥੇ ਤੁਸੀਂ ਤਲਾਸ਼ੀ ਕੀਤੀ ਹੈ, ਜਿਹੜੇ ਦੁਕਾਨ 'ਚ ਤੁਸੀਂ ਪੂਰਾ ਤਲਾਸ਼ੀ ਕਰਕੇ ਆਏ ਹੋ, ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿਛਲੀ ਗਲੀ ਦੇ ਵਿੱਚ ਵੀ ਇਹਨਾਂ ਦੀ ਇੱਕ ਹੋਰ ਦੁਕਾਨ ਹੈ। ਨਹੀਂ, ਪੂਰੀ ਸਰਚ ਕਰਕੇ ਆਏ ਜੀ ਉਸ ਜਗ੍ਹਾ 'ਤੇ ਜੀ, ਅਤੇ ਨਾ ਉਸ ਉਹੀ ਬਰਾਮਦਗੀ ਦੀ ਇਹਨਾਂ ਕੋਲ ਫੜ ਕੇ ਲਿਆ ਜੀ, ਇਹਨਾਂ ਨੂੰ ਇਹਨਾਂ ਕੋਲ ਬਰਾਮਦ ਹੋਇਆ ਤੇ ਤੁਹਾਨੂੰ ਦੱਸਿਆ ਦੜਾ ਸੱਟਾ ਪਰਚੀ ਫੜ ਹੋਈ ਆ, ਨਕਦੀ ਫੜ ਹੋਈ। ਐਸਐਮਜੈਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।